जिला हुशियारपुर दी तहसील टांडा दे पिंड म्याणी कलां विखे अकाली भाजपा पार्टी दे सांझे उम्मीदवार गोल्डी मुल्तानी ने हुंजा फिर जित प्राप्त कीती। इस मौके उन्हां दे ग्रह विखे उन्हां दे चहेतियां वल्लों उन्हां नूं हार पा के अते मुंह मिठा करा के वधाईयां दित्तियां गईयां। इस उपरंत सरपंच गोल्डी मुल्तानी वल्लों पिंड दे वोटरां दा घर घर जाके धन्नवाद कीता गया अते अपने पूजनीक माता जी पासों आशीर्वाद प्राप्त कीता गया। पेश है इस दी खास रिपोर्ट। ਸਰ ਸਭ ਤੋਂ ਪਹਿਲਾਂ ਸਾਨੂੰ ਆਪਣਾ ਸਿਆਸੀ ਪਿਛੋਕੜ ਦੱਸੋ। ਮੈਂ ਮੈਟ੍ਰਿਕ ਪਾਸ ਕੀਤੀ, ਮੈਟ੍ਰਿਕ ਪਾਸ ਕਰਨ ਤੋਂ ਬਾਅਦ ਚ ਮੈਂ ਚਲਾ ਗਿਆ ਵਿਦੇਸ਼ ਮੈਂ ਕਾਫੀ ਅਮਰੀਕਾ ਕੈਨੇਡਾ 20-25 ਸਾਲ ਮੈਂ ਕੰਮ ਕੀਤਾ, ਜੋ ਕਿ ਮੇਰਾ ਫਾਦਰ ਸਾਹਿਬ ਜਿਹੜਾ ਉਹ ਪਹਿਲਾਂ ਹੀ ਪਾਕਿਸਤਾਨ ਤੋਂ ਹੀ ਨੰਬਰਦਾਰ ਸੀ ਔਰ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਪੂਰੇ ਹੋਣ ਤੋਂ ਬਾਅਦ ਮੇਰਾ ਛੋਟਾ ਬ੍ਰਦਰ ਜੋ ਕਿ ਨੰਬਰਦਾਰੀ ਪਿੰਡ ਮਿਆਣੀ ਦੀ ਕਰ ਰਿਹਾ ਹੈ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਹੈ। ਸਰ ਤੁਸੀਂ ਆਪਣੇ ਸਿਆਸੀ ਕਾਰਜਕਾਲ ਦੌਰਾਨ ਪਿੰਡ ਲਈ ਕਿਹੜੇ ਕਿਹੜੇ ਕੰਮ ਕੀਤੇ ਹਨ? ਮੈਂ ਜਦੋਂ ਅਮਰੀਕਾ ਤੋਂ ਆਇਆ ਜੀ, ਮੈਂ ਪੰਚਾਇਤ ਦੇ ਨਾਲ ਮਿਲ ਕੇ ਪੰਚਾਇਤ ਦੇ ਸਹਿਯੋਗ ਨਾਲ ਪੰਚਾਇਤ ਦੇ ਆਪਣੇ ਬੰਦੇ ਜਿੰਨੇ ਵੀ ਟੀਮ ਸੀ ਉਨ੍ਹਾਂ ਨਾਲ ਪਿੰਡ ਚ ਵਿਚਰਿਆ, ਕੰਮ ਕੀਤਾ, ਪਿੰਡ ਦਾ ਵਿਕਾਸ ਕੀਤਾ। ਉਸ ਤੋਂ ਬਾਅਦ ਮੇਰੀ ਪੰਚਾਇਤ ਬਣੀ ਪਿਛਲੇ 5 ਸਾਲਾਂ ਤੋਂ, ਉਨ੍ਹਾਂ ਨੇ ਮੈਨੂੰ ਗ੍ਰਾਮ ਸੁਧਾਰ ਸਭਾ ਮਿਆਣੀ ਦਾ ਪ੍ਰਧਾਨ ਬਣਾਇਆ। ਉਸ ਦੌਰਾਨ 5 ਸਾਲਾਂ ਮੈਂ ਪਿੰਡ ਚ ਕਾਫੀ ਪਿੰਡ ਦਾ ਕੰਮ ਕੀਤਾ ਔਰ ਗਰੀਬਾਂ ਦੀ ਮਦਦ ਕਰਦਾ ਰਿਹਾ। ਮੈਂ ਹੁਣ ਵੀ ਆਸ ਰੱਖਦਾ ਹਾਂ ਕਿ ਮੈਂ ਆਪਣੇ ਨੂੰ ਅਪੀਲ ਕਰਦਾ ਹਾਂ, ਮੈਂ ਜਿੰਨੇ ਵੀ ਗਰੀਬ ਮੇਰੇ ਭਾਈਚਾਰਾ ਹੈ ਮੈਂ ਉਨ੍ਹਾਂ ਦੀ ਮਦਦ ਕਰਦਾ ਰਹਾਂ ਔਰ ਕਰਦਾ ਰਹਾਂਗਾ। ਸਰ ਆਉਣ ਵਾਲੇ ਸਮੇਂ ਵਿਚ ਤੁਹਾਡੇ ਪਿੰਡ ਨੂੰ ਅੱਗੇ ਲਿਜਾਣ ਲਈ ਤੁਹਾਡੇ ਕੀ ਯਤਨ ਰਹਿਣਗੇ? ਜੋ ਪਿੰਡ ਮਿਆਣੀ ਦਾ ਕੰਮ ਰਹਿੰਦਾ ਹੈ ਵਿਕਾਸ ਕਰਾਂਗਾ ਔਰ ਜਿਹੜਾ ਪਾਣੀ ਦਾ ਪ੍ਰਬੰਧ ਹੈ ਉਹ ਹੈ ਨਹੀਂ ਹੈ ਉਹ ਵੀ ਕਰਵਾਵਾਂਗਾ ਔਰ ਨਾਲੀਆਂ ਦਾ ਇਹਨਾਂ ਸਾਫ਼ ਸਫਾਈ ਦਾ, ਚਾਰ ਸਵੇਰੇ ਫਿਰਨੀਆਂ ਦਾ ਔਰ ਜਿਹੜਾ ਪਾਣੀ ਅੱਜ ਤੱਕ ਗੰਦਾ ਆ ਰਿਹਾ ਹੈ ਉਹ ਮੈਂ ਆਪਣੀ ਟੀਮ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕਰਾਂਗਾ ਕਿ ਮੇਰਾ ਵੀ ਵੱਧ ਚੜ੍ਹ ਕੇ ਸਹਿਯੋਗ ਦੇਣ ਜੋ ਕਿ ਪਿੰਡ ਮਿਆਣੀ ਨੂੰ ਆਪਾਂ ਸਾਫ਼ ਸੁਥਰਾ ਬਣਾ ਸਕੀਏ। ਸਾਡੇ ਜੋ ਪਿੰਡ ਸਕੂਲ ਹਨ, ਮੈਂ ਬਾਦਲ ਸਰਕਾਰ ਅਕਾਲੀ ਦਲ ਸਰਕਾਰ ਬਾਦਲ ਅੱਗੇ ਬੇਨਤੀ ਕਰਾਂਗਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਕੋਈ ਨਗਰ ਨਿਵਾਸੀਆਂ ਨਾਲ ਐਨਆਰਆਈ ਭਰਾਵਾਂ ਦੇ ਨਾਲ ਜਿਹੜੀਆਂ ਆਪਣੇ ਸਕੂਲ ਦੇ ਵਿਚ ਬਿਲਡਿੰਗਾਂ ਢੱਕੀਆਂ ਹਨ ਉਨ੍ਹਾਂ ਨੂੰ ਅਸੀਂ ਚੰਗੀ ਹਾਲਤ ਵਿਚ ਬਣਾਵਾਂਗੇ ਕਿ ਜਿਹੜਾ ਕਿ ਬੱਚੇ ਜਿਹੜੇ ਸਾਡੇ ਉਹ ਚੰਗੇ ਤਰੀਕੇ ਨਾਲ ਪੜ੍ਹ ਕੇ ਅੱਗੇ ਆ। ਸਰ ਜਿਵੇਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਹੜ੍ਹ ਵਿਚ ਵਹਿ ਰਹੀ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਆਪਣੇ ਵੀਰਾਂ ਅੱਗੇ ਅਪੀਲ ਕਰਾਂਗਾ ਜਿਹੜੇ ਵੀਰ ਨੇ ਛੋਟੇ ਵੀਰ ਜਾਂ ਵੱਡੇ ਵੀਰ ਨਸ਼ੇ ਕਰ ਰਹੇ ਹਨ, ਅਸੀਂ ਆਪਣੀ ਟੀਮ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਔਰ ਸੁਖਬੀਰ ਸਿੰਘ ਬਾਦਲ ਨੂੰ ਇਕ ਵਧੀਆ ਤਰੀਕੇ ਨਾਲ ਮੈਂ ਆਪਣੇ ਸਾਰੇ ਵੀਰਾਂ ਅੱਗੇ ਅਪੀਲ ਕਰਾਂਗਾ ਨਸ਼ਿਆਂ ਨੂੰ ਛੱਡ ਕੇ ਇਕ ਵਧੀਆ ਸਟੇਡੀਅਮ ਵੱਡੀ ਮਿਆਣੀ ਚੋਂ ਸੁਖਬੀਰ ਆਪਣੇ ਚੌਧਰੀ ਬਲਵੀਰ ਸਿੰਘ ਸਾਬਕਾ ਮੰਤਰੀ ਪੰਜਾਬ ਜੋ ਕਿ ਸਾਨੂੰ ਉਨ੍ਹਾਂ ਨੇ ਜੋ ਕਿ 5 ਏਕੜ ਜ਼ਮੀਨ ਜੋ ਕਿ ਪਹਿਲਾਂ ਖੇਡ ਮੈਦਾਨ ਚ ਪਈ ਸੀ ਅੱਜ ਤੋਂ ਪਾਕਿਸਤਾਨ ਤੋਂ ਪਹਿਲਾਂ ਪਈ ਸੀ ਉਨ੍ਹਾਂ ਨੇ ਸਾਨੂੰ ਮੇਰੀ ਨਵੀਂ ਪੰਚਾਇਤ ਬਣਦੇ ਉਨ੍ਹਾਂ ਨੇ ਮੈਨੂੰ ਅਪੀਲ ਕੀਤੀ ਕਿ ਗੋਲਡੀ ਮੁਲਤਾਨੀ ਇਹ ਜਿਹੜੀ ਨਵੀਂ ਪੰਚਾਇਤ ਬਣੀ ਹੈ ਉਹ ਇਹ ਜਿਹੜਾ ਸਟੇਡੀਅਮ ਬਣੇਗਾ ਇਹ ਤੇਰੇ ਬਲਕਿ ਹੱਕ ਦੇ ਵਿਚ ਤੇਰੀ ਮੌਜੂਦਗੀ ਦੇ ਵਿਚ ਹੀ ਇਹ ਮੇਰੇ ਵੱਲੋਂ ਜਦੋਂ ਮਰਜ਼ੀ ਇਹਦਾ ਨੀਂਹ ਪੱਥਰ ਰੱਖ ਸਕਦੇ ਹਾਂ। ਐਨਆਰਆਈ ਭਰਾ ਅਮਰੀਕਾ ਦੇ ਕੈਨੇਡਾ ਵਾਲੇ ਜਿਹੜਾ ਨੇ ਸਭਾ ਬਣੀ ਉੱਥੇ ਔਰ ਪਿੰਡ ਦੇ ਸਹਿਯੋਗ ਨਾਲ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਟੇਡੀਅਮ ਪਿੰਡ ਮਿਆਣੀ ਵਿਚ ਬਣਾਵਾਂਗੇ। ਬਾਕੀ ਪਿੰਡ ਮਿਆਣੀ ਦੇ ਵੋਟਰਾਂ ਨੂੰ
छोटे वीरां के वड्डे वीरां के मैं हर चोर के अपील करता हां और बेनती करता हां कि जो कि मेरा वक्त सके इन्होंने सहयोग दिता मैनु इन्नी उम्मीद नहीं सी कि जिन्ना मैं 261 वोटा दे मैं जित प्राप्त की है इस सारे नगर के सहयोग की है मैं सारे वोटर अपने दिलों अपने परिवार अपनी टीम धन्यवाद करता हां। मैं सरदार छज्जा सिंह पिंड म्याणी का साबका मैंबर पंचायत हां और मैं 15 साल पिंड की पंचायत की सेवा की और सारे नगर दियां गलियां मेरे पीरियड दौरान सारा नगर पक्का बनिया श्रोमणी अकाली दल की सरकार के संयोग नाल और असी संत बाबा प्रेम सिंह जी की औलाद हां। संत बाबा प्रेम सिंह जी बचपन तो ही पंथ के सेवादार सन पंथ के पहरेदार सन और उन्होंने दो दफा MLA की इलेक्शन लड़ी श्रोमणी अकाली दल की टिकट से और छे बारी SGPC के मैंबर भी रहे और असी सारे समुची बरादरी जो कि श्रोमणी अकाली दल के नाल है और असी गोल्डी मुल्तानी जो कि एक वधिया उम्मीदवार समझ के पूरे नगर ने इनू चुनिया है और यह तन मन धन के नाल सानू पूरी आस है कि नगर की सेवा करेगा और जो छोटे मोटे नगर के काम रहिंदे हन ਉਹ ਇਹ ਬੜੀ ਤਨਦੇਹੀ ਨਾਲ ਉਸ ਨੂੰ ਪੂਰਾ ਕਰੇਗਾ। ਬੇਸ਼ੱਕ ਪਿਛਲੇ ਸਾਲ ਇਹ ਪਿਛਲੇ ਸਮੇਂ ਚ ਪੰਚਾਇਤ 5 ਸਾਲ ਰਹੀ ਹੈ ਪਰ ਪਿੰਡ ਦੇ ਬਹੁਤ ਸਾਰੇ ਕੰਮ ਜੋ ਝਗੜੇ ਵਗੈਰਾ ਹੋਰ ਲੜਕੀਆਂ ਦੇ ਕਈ ਤਰ੍ਹਾਂ ਦੇ ਮਸਲੇ ਜੋ ਹਨ 80% ਅਸੀਂ ਨਿਬੇੜਦੇ ਰਹੇ ਹਾਂ। ਸਭ ਤੋਂ ਵੱਡੀ ਗੱਲ ਹੈ ਕਿ ਮੈਂ ਬਚਪਨ ਤੋਂ ਹੀ ਕਾਲਿੰਗ ਮਾਈਂਡਰ ਰਿਹਾ ਹਾਂ ਤੇ ਅਸੀਂ ਅਕਾਲੀ ਪਾਰਟੀ ਦੀ ਮਦਦ ਕਰਦੇ ਰਹੇ ਹਾਂ। ਕੁਛ ਪਿੰਡ ਦੇ ਲੋਕਾਂ ਦੇ ਵਿੱਚ ਤਣਾਓ ਹੋਣ ਕਰਕੇ ਸਾਡੇ ਜੋ ਖਿਆਲਾਤ ਸਨ ਇਸ ਪਾਰਟੀ ਦੇ ਨਾਲ ਨਹੀਂ ਮਿਲੇ ਤਾਂ ਇਹ ਸਾਨੂੰ ਝੂਠਾ ਪ੍ਰਚਾਰ ਕਰਕੇ ਵੀ ਇਹ ਕਾਂਗਰਸੀ ਹਨ ਇਹ ਫਲਾਣਾ ਹਨ ਪਰ ਅਸੀਂ ਸਾਰੀ ਜ਼ਿੰਦਗੀ ਕਿਉਂਕਿ ਸੰਤ ਬਾਬਾ ਪ੍ਰੇਮ ਸਿੰਘ ਦੀ ਔਲਾਦ ਹੋਣ ਕਰਕੇ ਅਸੀਂ ਹਮੇਸ਼ਾ ਹੀ ਅਕਾਲੀ ਮੈਂਬਰ ਰਹੇ ਹਾਂ ਤੇ ਅਕਾਲੀ ਮੈਂਬਰ ਰਹਾਂਗੇ। ਜਿਸ ਤਰ੍ਹਾਂ ਵੀ ਸਾਡੇ ਲੀਡਰ ਵਗੈਰਾ ਚਾਹੁਣ ਅਸੀਂ ਪੂਰਨ ਭਰੋਸਾ ਦਿੰਦੇ ਹਾਂ ਕਿ ਅਸੀਂ ਬਿਲਕੁਲ ਕਾਂਗਰਸੀ ਨਹੀਂ ਨਾ ਹੋਵਾਂਗੇ। ਬਾਕੀ ਜੋ ਪਿੰਡ ਦੇ ਕੰਮ ਰਹਿੰਦੇ ਹਨ ਉਹ ਅਸੀਂ ਗੋਲਡੀ ਮਰਦਾਨੀ ਜੀ ਨੂੰ ਰਿਕੁਐਸਟ ਕਰਕੇ ਪੂਰੀ ਤਨਦੇਹੀ ਦੇ ਨਾਲ ਸਾਰੇ ਨਗਰ ਦਾ ਵਿਕਾਸ ਕਰਾਵਾਂਗੇ। ਮੈਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਅਸੀਂ ਸਾਰੇ ਸਬੰਧ ਰੱਖਦੇ ਹਾਂ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਮਜੀਠੀਆ ਸਾਹਿਬ, ਬੀਬੀ ਜਗੀਰ ਕੌਰ, ਚੌਧਰੀ ਦਲਜੀਤ ਸਿੰਘ ਮਿਆਣੀ, ਸਾਬਕਾ ਮੰਤਰੀ ਪੰਜਾਬ, ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ। ਸਾਡੀ ਪਾਰਟੀ ਨੇ ਇਹ ਜਿਹੜੀ ਇਲੈਕਸ਼ਨ ਲੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲ ਕੇ ਲੜੀ ਹੈ। ਅਸੀਂ ਕੋਈ ਕਾਂਗਰਸੀ ਨਹੀਂ ਹਾਂ। ਅਸੀਂ ਸ਼ੁਰੂ ਦੇ ਹੀ ਜਦੋਂ ਦੀ ਮੈਂ ਆਪਣੀ ਹੋਸ਼ ਸੰਭਾਲੀ ਹੈ ਅਸੀਂ ਕੱਟੜ ਪੰਥਕ ਰਹੇ ਹਾਂ ਕਿਉਂਕਿ ਸਾਡੇ ਜਿਹੜੇ ਸੰਤ ਬਾਬਾ ਪ੍ਰੇਮ ਸਿੰਘ ਜੀ ਸੀ ਉਹ ਸ਼ੁਰੂ ਦੇ ਤੋਂ ਹੀ ਪੰਥ ਨਾਲ ਉਨ੍ਹਾਂ ਦਾ ਸਬੰਧ ਸੀ। ਉਹ ਦੋ ਵਾਰ MLA ਇਲੈਕਸ਼ਨ ਲੜੇ, ਦੋ ਵਾਰ ਉਹ ਇਲੈਕਸ਼ਨ ਜਿੱਤੇ। ਅਸੀਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨਮਾਈ ਥੱਲੇ ਇਲੈਕਸ਼ਨ ਲੜੀ ਹੈ ਅਤੇ ਅਸੀਂ ਜਿੱਤੇ ਹਾਂ। ਮੈਂ ਵਾਰਡ ਨੰਬਰ 11 ਤੋਂ ਉਮੀਦਵਾਰ ਸੀ ਅਤੇ ਮੈਨੂੰ 334 ਵੋਟਾਂ ਪਈਆਂ। ਮੇਰੇ ਵਿਰੋਧੀ ਭੁਪਿੰਦਰ ਸਿੰਘ ਨੂੰ 81 ਵੋਟਾਂ ਪਈਆਂ। ਗੋਲਡੀ ਮੁਲਤਾਨੀ ਜਿਹੜੇ ਕਿ ਮੇਰੇ ਛੋਟੇ ਵੀਰ ਹਨ ਇਹਨਾਂ ਦੀ ਰਹਿਨਮਾਈ ਥੱਲੇ ਅਸੀਂ ਸਾਰਿਆਂ ਨੇ ਰਲ ਕੇ ਇਲੈਕਸ਼ਨ ਲੜੀ ਹੈ। ਬਹੁਤ ਸਖ਼ਤ ਮਿਹਨਤ ਅਸੀਂ ਕਰਕੇ ਇਹ ਇਲੈਕਸ਼ਨ ਜਿਹੜੀ ਹੈ ਜਿੱਤੀ ਹੈ। ਗੋਲਡੀ ਮੁਲਤਾਨੀ ਨੇ 261 ਵੋਟਾਂ ਦੇ ਫਰਕ ਨਾਲ ਆਪਣੇ ਲਾਗਲੇ ਉਮੀਦਵਾਰ ਰਣਵੀਰ ਸਿੰਘ ਨੂੰ ਹਰਾਇਆ। ਅਸੀਂ ਇਹ ਪੂਰਨ ਆਸ ਰੱਖਦੇ ਹਾਂ ਕਿ ਗੋਲਡੀ ਮੁਲਤਾਨੀ ਆਪਣੇ ਮੈਂਬਰਾਂ ਦੇ ਨਾਲ ਆਪਣੇ ਸੂਝਵਾਨ ਜਿਹੜੇ ਵੀ ਪਿੰਡ ਦੇ ਵਿਅਕਤੀ ਹਨ, ਮੋਹਪਰ ਵਿਅਕਤੀ ਹਨ, ਉਨ੍ਹਾਂ ਦੇ ਨਾਲ ਰਲ ਕੇ ਆਪਣੇ ਆਉਣ ਵਾਲੇ 5 ਸਾਲ ਵਿਚ ਠੀਕ ਜਿਹੜੇ ਨੇ ਉਹ ਪਿੰਡ ਦਾ ਸੁਧਾਰ ਕਰੇਗਾ, ਪਿੰਡ ਦੀ ਡਿਵੈਲਪਮੈਂਟ ਕਰੇਗਾ ਕਿਉਂਕਿ ਇਹ ਬੱਚਾ ਬੜਾ ਹੋਣਹਾਰ ਹੈ। ਇਹ ਇਸ ਨੂੰ ਜੇਕਰ ਕਿਤੇ ਵੀ ਜ਼ਰੂਰਤ ਪਈ ਪੈਸੇ ਲਗਾਉਣ ਦੀ ਇਹ ਆਪਣੇ ਕੋਲ ਵੀ ਜਿਹੜਾ ਹੈ ਉਹ ਪੈਸੇ ਲਗਾ ਸਕਦਾ ਹੈ। ਮੈਂ ਗੁਰਦੀਪ ਸਿੰਘ ਕਾਲਾ, ਮੈਂਬਰ ਪੰਚਾਇਤ ਮਿਆਣੀ।
मैं 15 साल तो अपना लड़ रहे हैं, साडे दादा जी सरपंच रहे हैं 20 साल 40 साल तो साडे श्रोमणी अकाली दल नाल संबंध रहे, बिल्कुल दूसरी पार्टी ने कोई चक्कर नहीं रहा। हुण असीं इत्थे बणे हां, साडा इह वी है प्रोग्राम, साडा सारा पिंड मिलके रल मिलके असीं अपना पिंड दा विकास करिए। गोल्डी मुटानी जी जिहड़े कि साडे बहुत अच्छे तन मन धन नाल सेवा कर रहे हैं और हर पक्षों बिल्कुल ठीक हैं, इन्हां दी असीं मदद करदे जिद्दां कहणगे उद्दां करांगे, लेकिन असीं कहिंदे वी साडा पिंड दा विकास है। असीं शुरू दे अकाली दल सी, बीबी दे नाल रहे आ, बादल दे नाल रहे आ, इह मेरा वड्डा पुत्तर सी, पुत्तर नूं असीं जिताया, पुत्तर साडा कामयाब होया, ते सारे पिंड दे विच मिंबरां ने, बंदियां ने, जनानियां ने, भैणां भैण भरावां ने इहनूं कामयाबी कीता है, ते इह चंगे हुण पिंड दी चंगी कम करनगे मिंबरां दे नाल। मैं गुलशन भगत, सुपुत्र श्री किशन लाल भगत, पिंड दे आम नागरिक हां। इस तू पहला मैं आर्मी च सी, 2009 च मैं रिटायर होया, आने तू बाद पिंड दे विच देखिया साफ साफ गौरमेंट ने बहुत पैसा दिता साडे पिंड नूं, बादल साहब ने इन्ना पैसा दिता जिहदी कोई हद नहीं पिंड दे विकास दी। अज वो पैसा सही यूटीलाइज नहीं होया, सही पैसा जगह ते नहीं लग्या, तुसीं देख सकते हो। मैं तुहाडे माध्यम नाल बादल साहब नूं कहना चाहना वी आ के देखो, पिंड दे चारों तरफ कूड़ा पिया, फुट फुट डूंगे टोए हन, 50 सालां दे विच सिर्फ 3 गलियां जां 4 गलियां बनाईआं, कोई विकास नहीं कीता। मैं एस सी बरादरी नूं बिलोंग करदा, इन्हां ने साडे घरां दे विच ना कोई टूटियां लवाईआं, ना कोई फलशां बनाईआं, किसे तरह दा कोई भी साडी सपोर्ट नहीं कीती है। इन्हां ने सानूं पैसा बहुत दित्ता, अज असीं किते भी चले जाइए इन्हां ने वो सत्कार सानूं नहीं दित्ता। असीं गोल्डी मुल्तानी भाजी अगे इही रिक्वेस्ट करदे आं वी साडे भरावां दे नाल मोढे नाल मोढा मिला के चलन, साडा सहयोग करन, जिथे कोई सानूं प्रॉब्लम आउंदी है नाल चलन। जिहड़ियां साडे ऐसी भरावां जिदां आतमी बरादरी, वाल्मीक बरादरी, मजहबी सिंह आदि, इन्हां दे जिहड़ियां गलियां ने बहुत ही घट्टो घट ज्यादा नहीं गोडे गोडे पानी खड़िया गलियां च, इन्हां गलियां दा प्योरिटी बेस ते काम कराउण, असीं इन्हां दे नाल आ। असीं परमात्मा अग्गे अरदास करदे आं इह इसे तरह ही चढ़दी कला च रहण। प्रधान की ड्यूटी कर रहा हाँ और पिंड दे विच काफी बच्चे जो नशे मल साडे जा रहे हैं, उन्हां दी कंट्रोल वास्ते असीं अलग अलग तरह के तरीके अपना रहे हैं, जिवें कि साडे सरपंच साहब गोल्डी मुल्तानी ने वादा किया जी असीं बच्चों नूं स्टेडियम बना के देंगे, उस स्टेडियम की साडी पूरी गलबात हो चुकी है, जल्द ही शुरू किया जाएगा। इन्हां वास्ते सानूं एन आर बी का भी सहयोग चाहिए और पिंड का भी सहयोग चाहिए, यह सारे काम करने बाद सानूं प्रधान विक्रम सिंह मजीठिया उन्हां दी बहुत ही पार कृपा है साडे ते, उह सानूं टाइम टाइम नाल सारियां सहूलतां दे रहे हां और असीं उन्हां दे थले सारा काम करदे हां और करदे रहांगे। इसे तरह साडे प्रकाश सिंह बादल जिन्हां ने साडी म्याणी वास्ते काफी वधिया काम कीते हन और काफी ग्रांटां भी दित्तियां हन, पर उन्हां दी ग्रांटां साडे सही ठिकाणे ते नहीं लगियां, जिन्हां करके अज सानूं साडा बच्चा पिंड दा रोस विच तुरिया फिरदा है। असीं म्याणी अड्डे तों चल के सारे पिंड दी चक्कर लगा के दे सकदे हां, खड्डे खड्डे पए हन, कोई पिंड दा विकास नहीं। मैं बहुता कुछ ना कहिंदा होया प्रकाश सिंह बादल नूं रिक्वेस्ट करदा हां कि तुसीं म्याणी दा आगे दौरा करो, अपने बंदे भेजो, लीडरशिप कोई भी अपना मैंबर भेज सकदे हो तां कि असीं आने वाली म्याणी दी पंचायत कोल म्याणी दा सुधार करवा सकीए। वाहिगुरु जी का खालसा, वाहिगुरु जी की फतेह। पिंड म्याणी तो मैं गोल्डी मुल्तानी रविंदर कौर बोलदी हां, ते जो पिंड दे भैणां भरावां वीरां ने सानूं बहुत सहयोग दिता है, उन्हां दे सहयोग नाल ही असीं पिंड दे सरपंच बणे हां, असीं धन्नवाद करदे हां बहुत बहुत कि असीं आने वाले टाइम विच जिस तरह सानूं सहयोग दिता उस तरह ही उन्हां नूं असीं सहयोग देवांगे। वाहिगुरु जी का खालसा। सरकार प्रकाश सिंह बादल, राज सुखबीर सिंह बादल, विक्रम सिंह मजीठिया, चौधरी बलबीर सिंह म्याणी, गोली मुल्तानी, गोली मुल्तानी, बोले सो